ਅੰਮ੍ਰਿਤਸਰ ਦੇ ਹਾਲਵਿਆਲ ਚੌਂਕ ਫਰੀਦ ਦੇ ਵਿੱਚੋਂ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਬੈਂਕ ਆਫ ਇੰਡੀਆ ਦੇ ਵਿੱਚੋਂ ਲੋਕਾਂ ਨੇ ਧੂੰਆਂ ਨਿਕਲਦਾ ਦੇਖਿਆ ਅਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ। ਧੂੰਆਂ ਇੰਨਾ ਤੇਜ਼ ਤੇ ਜ਼ਹਿਰੀਲਾ ਸੀ ਕਿ ਅੰਦਰ ਜਾਣਾ ਮੁਸ਼ਕਲ ਹੋਇਆ ਪਿਆ ਸੀ, ਪਰ ਮੌਕੇ ਤੇ ਪੁੱਜੇ ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਅੰਦਰ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ, ਪਰ ਧੂੰਆਂ ਤੇਜ਼ ਹੋਣ ਦੇ ਕਰਕੇ ਬੈਂਕ ਦੇ ਅੰਦਰ ਜ਼ਿਆਦਾ ਸਮਾਂ ਨਹੀਂ ਖੜਿਆ ਜਾ ਰਿਹਾ ਸੀ। ਬੈਂਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਸਵੇਰੇ ਨਾਲ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਬੈਂਕ ਦੇ ਵਿੱਚ ਅੱਗ ਲੱਗ ਗਈ ਹੈ। ਅਸੀਂ ਮੌਕੇ ਤੇ ਪੁੱਜੇ ਤੇ ਦਮਕਲ ਵਿਭਾਗ ਤੇ ਪੁਲਿਸ ਦੀ ਟੀਮ ਵੀ ਮੌਕੇ ਤੇ ਆ ਗਈ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਤੇ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਵੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਧੂੰਆਂ ਸਾਫ਼ ਹੋਣ ਤੋਂ ਬਾਅਦ ਹੀ ਸਭ ਪਤਾ ਚੱਲੇਗਾ। ਅਸੀਂ ਗੁਰਜੀਤ ਸਿੰਘ ਥਾਣਾ ਕੋਤਵਾਲੀ ਈ ਡਿਵੀਜ਼ਨ ਅੰਮ੍ਰਿਤਸਰ। ਹਾਂਜੀ, ਸਵੇਰੇ ਕੋਈ 7:55 'ਤੇ ਇੰਟੀਮੇਸ਼ਨ ਦਿੱਤੀ ਸਾਡੇ ਮੋਟਰਸਾਈਕਲ ਨੇ ਵਾਲੇ ਨੇ ਲਖਵਿੰਦਰ ਸਿੰਘ ਨੇ ਕਿ ਬੈਂਕ ਆਫ ਇੰਡੀਆ ਵਿੱਚੋਂ ਧੂੰ ਨਿਕਲ ਰਿਹਾ, ਅੱਗ ਲੱਗੀ ਜਾਪਦੀ ਹੈ। ਫਿਰ ਅਸੀਂ ਹਰਵਿੰਦਰ ਸਿੰਘ ਇੱਥੇ ਆਇਆ ਮੌਕੇ 'ਤੇ, ਉਹਨੇ ਆ ਕੇ ਵੇਖਿਆ ਅਤੇ ਆਉਂਦਿਆਂ ਨੂੰ ਫਾਇਰ ਬ੍ਰਿਗੇਡ ਵੀ ਇੱਥੇ ਆਈ ਸੀਗੀ ਅਤੇ ਅੱਗ ਬੁਝਾ ਰਹੇ। ਅਤੇ ਕਿਹੜੀ ਜਗ੍ਹਾ 'ਤੇ ਆ? ਇਹ ਚੌਂਕ ਫਰੀਦ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਹਨਾਂ ਦਾ ਰਿਕਾਰਡ ਰਿਪੋਰਟ ਦਾ ਜਾਂ ਕੋਈ ਹੋਏਗਾ ਉਹ ਵੀ ਹੋਊਗਾ ਬਾਅਦ 'ਚ ਜਦੋਂ ਅੰਦਰ ਜਾਣਗੇ। ਸਰ ਇੱਥੇ ਵੇਖਣ ਨੂੰ ਮਿਲਿਆ ਕਿ ਬੈਂਕ ਵਾਲਿਆਂ ਨੂੰ ਚਾਬੀਆਂ ਵੀ ਨਹੀਂ ਲੱਭੀਆਂ, ਜੋ ਮੌਕੇ 'ਤੇ ਕੀ ਕਹਿਣਾ ਚਾਹੁੰਦੇ? ਉਹਨਾਂ ਦੇ ਤਾਲੇ ਤੋੜੇ ਪਏ। ਉਹ ਇਹ ਤਾਂ ਫਿਰ ਇਹਨਾਂ ਨੇ 9:10 ਆਉਣਾ ਹੁੰਦਾ ਡਿਊਟੀ 'ਤੇ, ਅਤੇ ਜਿਹੜੇ ਬੰਦੇ ਕੋਲ ਚਾਬੀਆਂ ਜਾਂ ਇਹਨਾਂ ਦਾ PN ਚੌਕੀਦਾਰ ਜਿਹੜਾ ਵੀ ਹੋਏਗਾ ਉਹਦੇ ਕੋਲ ਹੋਣਗੀਆਂ, ਫਿਰ ਤਾਂ ਤੱਕ ਕਰਕੇ ਤੋੜਨੇ ਪਏ। ਹਾਂਜੀ ਸਰ, ਆਪਣਾ ਨਾਮ ਦੱਸ ਕੇ। ਉਹ 7:35 ਕਾਲ ਆਈ ਆ, ਉਦੋਂ ਬਾਅਦ ਇੱਥੇ ਆਏ ਹਾਂ, ਸੀਲਿੰਗ ਦੇ ਵਿੱਚ ਅੱਗ ਆ, ਥੱਲੇ ਬੇਸਮੈਂਟ 'ਚ ਆਏ, ਉਹਨਾਂ ਦੀ ਜਦੋਂ ਜਦ ਕਰ ਰਹੇ ਹਾਂ। ਕਿਹੜੀ ਜਗ੍ਹਾ 'ਤੇ? ਫਰੀਦੇ ਚੌਂਕ ਲਾਈਕਾ ਆਪਣਾ। ਨਹੀਂ ਕੁਛ ਨਹੀਂ, ਇਹਨਾਂ ਨੇ ਨੁਕਸਾਨ ਆ, ਲੇਕਿਨ ਧੂੰਆਂ ਹੀ ਆ, ਅੱਗ ਵੀ ਹੈ ਨਹੀਂ ਜ਼ਿਆਦਾ, ਮਤਲਬ ਬੇਸਮੈਂਟ ਜਾਣਾ ਉਹਦੇ ਸੀਲਿੰਗ ਤੋਂ ਧੂੰਆਂ ਧੂੰਆਂ ਨਿਕਲਦਾ, ਅੰਦਰ ਗਏ ਹਾਂ 2-4 ਵਜੇ, ਹਜੇ ਪੂਰਾ ਕਲੀਅਰ ਨਹੀਂ ਹੁੰਦਾ। ਕੌਣ ਅੰਦਰੋਂ ਪਤਾ ਲੱਗੇਗਾ ਜਦੋਂ ਕਲੀਅਰ ਹੋਏਗਾ, ਉਸ ਤਰ੍ਹਾਂ ਕੀ ਕਹਿ ਸਕਦੇ? ਮੈਂ ਗਿਰੀਰਾਜ ਕੁਮਾਰ ਸਕਸੇਨਾ, ਬ੍ਰਾਂਚ ਕਾ ਹੈਡ ਹੂੰ, ਬ੍ਰਾਂਚ ਮੈਨੇਜਰ ਹੂੰ। ਯਹਾਂ ਸੁਬਹ ਮੋਰਨਿੰਗ ਮੇਂ ਸਾਇਰਨ ਔਰ ਧੂੰਆਂ ਨਿਕਲਨੇ, ਧੂੰਆਂ ਨਿਕਲਨੇ ਸੇ ਸਾਇਰਨ ਬਜਤਾ ਹੈ, ਵੋ ਬਜਨੇ ਲਗਾ ਥਾ, ਧੂੰਆਂ ਧੂੰਆਂ ਹੋ ਰਹਾ ਥਾ, ਕੋਈ ਕਲੀਅਰ ਨਹੀਂ ਹੁਆ ਹੈ। ਇਮੀਡੀਏਟ ਫਾਇਰ ਬ੍ਰਿਗੇਡ ਕੋ ਫੋਨ ਕੀਆ, ਵੋ ਆ ਗਏ, ਆਪਣਾ ਕਾਮ ਚਾਲੂ ਕਰ ਦਿਆ ਉਹਨਾਂ ਨੇ, ਪੁਲਿਸ ਵਾਲੇ ਵੀ ਆ ਗਏ ਇਨਵੈਸਟੀਗੇਸ਼ਨ ਕੇ ਲਈ, ਵੋ ਵੀ ਦੇਖ ਰਹੇ ਹੈ, ਅਭੀ ਕੋਈ ਪੋਜੀਸ਼ਨ ਕਲੀਅਰ ਨਹੀਂ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਅਭੀ ਕੋਈ ਕਲੀਅਰ ਪੋਜੀਸ਼ਨ ਨਹੀਂ ਹੈ ਅਭੀ, ਹੈ ਨਾ, ਵੋ ਨੀਚੇ ਜਾਏਂਗੇ ਤਾਂ ਪਤਾ ਚੱਲੇਗਾ, ਅਭੀ ਜਾ ਨਹੀਂ। ਅਭੀ ਇਹ ਫੋਨ ਆਇਆ ਤਾਂ ਕਿਸੀ ਪੀਛੇ ਸੇ, ਕਿਸੀ ਪੜੋਸੀ ਕਾ ਫੋਨ ਆਇਆ ਥਾ, ਇਹਦਾ ਧੂੰਆਂ ਨਿਕਲ ਗਿਆ, ਪੀਛੇ ਤਰ੍ਹਾਂ ਐਗਜ਼ਾਸਟ ਫੈਨ ਲਗਾ ਹੁਆ ਹੈ, ਤਾਂ ਵਹਾਂ ਸੇ ਧੂੰਆਂ ਨਿਕਲਾ ਹੋਗਾ ਬਤਾਇਆ। ਕੋਈ ਜਾਨੀ ਨੁਕਸਾਨ ਤਾਂ ਨਹੀਂ? ਅਭੀ ਕੋਈ ਨੁਕਸਾਨ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।